ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐਡੀਸ਼ਨਲ ਪੇਪਰ ਔਰ ਕੁਝ ਜਿਹੜੇ ਨੇ ਬੀਐਡ ਦੇ ਪੇਪਰ ਚੱਲ ਰਹੇ ਨੇ ਉਹ ਕਲੈਸ਼ ਜਿੱਥੇ ਹੁੰਦਾ ਹੈ ਜਿਵੇਂ ਮੈਨੂੰ ਫੋਨ ਆਇਆ ਸੀ ਐਸਐਸਟੀ ਦਾ 12 ਤਰੀਕ ਨੂੰ ਕਲੈਸ਼ ਕਰ ਰਿਹਾ ਹੈ ਤੇ ਮੈਂ ਫਿਰ ਯੂਨੀਵਰਸਿਟੀ ਤੋਂ ਇਨਕੁਆਰੀ ਸੈੱਲ ਤੋਂ ਪੁੱਛਿਆ ਸੀ ਉਹਨਾਂ ਨੇ ਇਹੀ ਸੁਜੈਸ਼ਨ ਦਿੱਤਾ ਹੈ ਕਿ ਕਿਉਂਕਿ ਐਡੀਸ਼ਨਲ ਪੇਪਰ ਇਕ ਵੀ ਨਹੀਂ ਦੇਵੋਗੇ ਤੇ ਸਾਰੇ ਦੁਆਰਾ ਦੇਣੇ ਪੈਣਗੇ that is why ਐਡੀਸ਼ਨਲ ਪੇਪਰ ਨਹੀਂ ਛੱਡਣਾ ਉਹਨੂੰ ਕੰਪਲੀਟ ਕਰਨਾ ਹੈ ਔਰ ਤੁਸੀਂ ਜਿਹੜਾ ਤੁਹਾਡਾ ਬੀਐਡ ਜੋ ਹੈ ਉਹ ਤੁਸੀਂ ਨੈਕਸਟ ਈਅਰ ਇਸੇ ਹੀ ਮਹੀਨੇ ਵਿੱਚ ਪੇਪਰ ਉਸਦੇ ਦੇ ਸਕਦੇ ਹੋ ਤੀਸਰਾ ਇਹ ਇਲਾਜ ਹੋ ਸਕਦਾ ਹੈ ਕਿ ਕੁਝ ਇੱਕ ਬੱਚੇ ਐਪਲੀਕੇਸ਼ਨ ਦੇ ਰਹੇ ਨੇ ਕਲੈਸ਼ ਦੀ ਜਾਂ ਜੁੜੀ ਵੀ ਪ੍ਰੋਬਲਮ ਹੈ ਐਗਜ਼ਾਮੀਨਿੰਗ ਕੰਟਰੋਲਰ ਸੋ ਤੁਸੀਂ ਐਪਲੀਕੇਸ਼ਨ ਜਾ ਕੇ ਦੇ ਸਕਦੇ ਹੋ ਯੂਨੀਵਰਸਿਟੀ ਜਾਣਾ ਪਏਗਾ ਉਹਦੇ ਲਈ ਸੋ ਸਫੀਸ਼ੀਐਂਟ ਐਪਲੀਕੇਸ਼ਨਸ ਹੁੰਦੀਆਂ ਨੇ ਉੱਤੇ ਡਿਸੀਜਨ ਲਿਆ ਜਾ ਸਕਦਾ ਹੈ ਕਿ ਤੁਹਾਡੇ ਸਪੈਸ਼ਲ ਚਾਂਸ ਜਾਂ ਇਸ ਤਰ੍ਹਾਂ ਦਾ ਕੁਝ ਪੇਪਰ ਲਿਆ ਜਾਵੇ ਪਰ ਇਸ ਦੀ ਜ਼ਿਆਦਾ ਸੰਭਾਵਨਾ ਨਹੀਂ ਹੁੰਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਛਾਂ ਪੰਜਾਬ ਯੂਨੀਵਰਸਿਟੀ ਆਲਰੇਡੀ ਫਰਵਰੀ ਵਿੱਚ ਜਿਹੜੇ ਇਸਦਾਂ ਦੇ ਪੇਪਰ ਲੈ ਲੈ ਜਾਂਦੇ ਹਨ ਇਸ ਰਿਗਾਰਡਿੰਗ ਕੋਈ ਹੋਰ ਗੱਲਬਾਤ ਪੁੱਛਣੀ ਹੋਵੇ ਕਮੈਂਟ ਕਰ ਸਕਦੇ ਹੋ ਥੈਂਕ ਯੂ ਡਾਕਟਰ ਤੀਰ ਸਿੰਘ ਲਾਂਟ ਵੈਕਚੁਅਲਾਈਜ਼